ਕਦੀ ਗੌਰ ਕਰਿਓ ਸਾਡੀ ਪੱਗ ਨੂੰ ਉਤਾਰਨ ਵਾਸਤੇ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਤੇ ਬਹੁਤੇ ਲੋਕ ਉਸ ਚਾਲਾਂ ਨੂੰ ਸਮਝ ਨਹੀਂ ਰਹੇ ਜਿਹੜੇ ਤੇ ਉਤਾਰ ਚੁੱਕੇ ਨੇ ਉਹਨਾਂ ਦੀ ਗੱਲ ਵੱਖਰੀ ਹੈ ਪਰ ਜਿਨ੍ਹਾਂ ਨੇ ਅਜੇ ਤੱਕ ਬੰਨੀ ਹੋਈ ਹੈ ਨਾ ਪਿੱਛੋਂ ਦੀ ਜ਼ੋਰ ਲੱਗਾ ਹੋਇਆ ਸਰਕਾਰਾਂ ਦਾ ਏਜੰਸੀਆਂ ਦਾ ਜ਼ੋਰ ਲੱਗਾ ਹੋਇਆ ਵੀ ਇਹਨਾਂ ਦੇ ਸਿਰਾਂ ਉੱਤੇ ਪੱਗਾਂ ਰਹਿਣ ਨਹੀਂ ਦੇਣੀਆਂ ਉਦਾਹਰਨ ਦਿਆਂ ਕਿਵੇਂ ਕਿਸੇ ਵੀ ਤੁਸੀਂ ਇਤਿਹਾਸਕ ਗੁਰਦੁਆਰੇ ਚੱਲ ਜਾਓ ਕਿਸੇ ਵੀ ਇਤਿਹਾਸਕ ਗੁਰਦੁਆਰੇ ਉਹਦੇ ਬਾਹਰ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨਾ ਕਦੀ ਧਿਆਨ ਦੇ ਨਾਲ ਕਦੀ ਗੌਰ ਦੇ ਨਾਲ ਉਹਨਾਂ ਦੁਕਾਨਾਂ ਨੂੰ ਵੇਖਿਓ ਉਹਨਾਂ ਦੁਕਾਨਾਂ ਦੇ ਉੱਤੇ ਇਤਿਹਾਸਕ ਗੁਰਦੁਆਰਾ ਹੈ ਤੇ ਉਹਨਾਂ ਗੁਰਦੁਆ ਗੁਰਦੁਆਰਿਆਂ ਦੇ ਬਾਹਰ ਜਿਹੜੀਆਂ ਦੁਕਾਨਾਂ ਨੇ ਉੱਥੇ ਕੀ ਵਿਕਦਾ ਪਿਆ ਟੋਪੀਆਂ ਵਿਕ ਰਹੀਆਂ ਨੇ ਕਦੀ ਗੌਰ ਕੀਤਾ ਟੋਪੀਆਂ ਵਿਕ ਰਹੀਆਂ ਉਹ ਟੋਪੀਆਂ ਪਤਾ ਕਿਵੇਂ ਦੀਆਂ ਓਵੇਂ ਦੀਆਂ ਨਹੀਂ ਤੁਹਾਨੂੰ ਮਿਲਣਗੀਆਂ ਜਿਵੇਂ ਦੇ క్రికెਟਰ ਲੋਕ ਪਾਉਂਦੇ ਨੇ ਓਵੇਂ ਦੀਆਂ ਨਹੀਂ ਉਹ ਟੋਪੀ ਉਹਨਾਂ ਨੇ ਤਿਆਰ ਕੀਤੀ ਉਹਨਾਂ ਨੇ ਆਖਿਆ ਵੀ ਇਹਨਾਂ ਦੇ ਸਿਰਾਂ ਤੋਂ ਦਸਤਾਰ ਲਾਉਣੀ ਹੈ ਤੇ ਕੀ ਕੀਤਾ ਜਾਵੇ ਉਹਨਾਂ ਨੇ ਟੋਪੀ ਤਿਆਰ ਕੀਤੀ ਕੱਪੜੇ ਦੀ ਵੀ ਉਹਨੂੰ ਸਿਰ ਉੱਤੇ ਪਾਇਆ ਜਾਂਦਾ ਪਿੱਛੋਂ ਦੀ ਗੰਡ ਮਾਰ ਲਈ ਪੁੱਛੋ ਕੀ ਬਣਿਆ ਅਗਲਾ ਕਹਿੰਦਾ ਦਸਤਾਰ ਬਣੀ ਹੈ ਸਾਡਾ ਵੀਰ ਦਿੱਲੀ ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਸਾਡਾ ਇੱਕ ਵੀਰ ਸਿਜਗਨ ਸਾਹਿਬ ਗੁਰਦੁਆਰੇ ਚੱਲ ਗਿਆ ਤੇ ਉੱਥੇ ਬਾਹਰ ਹੀ ਦੁਕਾਨ ਸੀ ਉਹਨੇ ਆਖਿਆ ਜੀ ਮੈਨੂੰ ਦਸਤਾਰ ਦਿਖਾ ਦਿਓ ਉਹਨੇ ਤੇ ਹੁਣ 8 ਮੀਟਰ ਪੱਗ ਦੀ ਗੱਲ ਕੀਤੀ ਸੀ ਵੀ ਮੈਨੂੰ ਆ ਪੱਗ ਦਿਖਾਓ ਜਦੋਂ ਉਹ ਦਸਤਾਰ ਦਾ ਨਾਮ ਲਿਆ ਨਾ ਉਹਨਾਂ ਨੇ ਉਹ ਟੋਪੀਆਂ ਕੱਪੜੇ ਵਾਲੀਆਂ ਟੋਪੀਆਂ ਕੱਢ ਕੇ ਸਾਹਮਣੇ ਰੱਖ ਦਿੱਤੀਆਂ ਵੀ ਇਹ ਦਸਤਾਰ ਲੈ ਜਾਓ ਵੀ ਇਹ ਹਾਲ ਹੋ ਗਿਆ ਅੱਜ ਦਸਤਾਰ ਦੀ ਪਰਿਭਾਸ਼ਾ ਜਿਹੜੀ ਹੈ ਨਾ ਇਸ ਨੂੰ ਵੀ ਹੌਲੀ-ਹੌਲੀ ਕਰਦਿਆਂ ਕਰਦਿਆਂ ਚੇਂਜ ਕੀਤਾ ਜਾ ਰਿਹਾ ਤੇ ਇੱਕ ਬੇਨਤੀ ਕਰਾਂ ਅੱਜ ਕੋਈ ਵੀ ਸਾਡਾ ਪ੍ਰਬੰਧਕ ਜਿਹੜਾ ਹੈ ਕੋਈ ਵੀ ਆਪਣੇ ਆਪ ਨੂੰ ਵੱਡੇ ਵੱਡੇ ਆਗੂ ਖਾਉਣ ਵਾਲੇ ਉਹ ਕੀ ਉਹਨਾਂ ਦੁਕਾਨਦਾਰਾਂ ਨੂੰ ਕਹਿ ਨਹੀਂ ਸਕਦੇ ਵੀ ਇਹ ਗੁਰਦੁਆਰੇ ਦੇ ਬਾਹਰ ਤੁਹਾਡੀਆਂ ਦੁਕਾਨਾਂ ਨੇ ਤੁਸੀਂ ਟੋਪੀਆਂ ਲਾ ਕੇ ਬੈਠੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਟੋਪੀਆਂ ਚੁਕਾ ਨਹੀਂ ਸਕਦੇ ਸਭ ਕੁਝ ਕਰਾ ਸਕਦੇ ਨੇ ਪਰ ਉਹ ਕਰਨਾ ਨਹੀਂ ਚਾਹੁੰਦੇ ਕਿਉਂ ਕਿਉਂਕਿ ਉਹ ਵੀ ਏਜੰਸੀਆਂ ਦੇ ਨਾਲ ਹੀ ਰਲੇ ਹੋਏ ਨੇ ਇਹ ਸੱਚੀ ਗੱਲ ਦੇ ਉਹ ਆ ਵੀ ਰਲੇ ਹੋਏ ਨੇ ਉਹਨਾਂ ਨੂੰ ਵੀ ਪਿੱਛੋਂ ਪੈਸੇ ਚੜਦੇ ਨੇ ਵੀ ਜਿਹੜੇ ਹਜੇ ਪੱਗਾਂ ਬੰਨ ਰਹੇ ਨੇ ਨਾ ਇਹਨਾਂ ਦੇ ਸਿਰਾਂ ਤੋਂ ਵੀ ਪੱਗਾਂ ਲੁਹਾ ਕੇ ਰਹਿਣੀਆਂ ਨੇ ਭਾਵੇਂ ਕਿਸੇ ਵੀ ਢੰਗ ਨਾਲ ਜੇ ਇਹ 6 7 8 ਮੀਟਰ ਦੀ ਪੱਗ ਬੰਦੇ ਨੇ ਤੇ ਇਹਨਾਂ ਦੇ ਸਿਰਾਂ ਤੇ ਆਹ ਵਾਲੀਆਂ ਟੋਪੀਆਂ ਦੇ ਕੱਪੜੇ ਦੀਆਂ ਟੋਪੀਆਂ ਤੇ ਘੱਟੋ ਘੱਟ ਪਵਾ ਹੀ ਦਿਓ ਨਾ ਤਾਂ ਕਿ ਪੱਗ ਨੂੰ ਛੱਡ ਦੇਣ ਇਹ ਬਾਰ ਬਾਰ ਕਹਿੰਦੇ ਪੱਗ ਸਾਡੀ ਸ਼ਾਨ ਹੈ ਇਹ ਬਾਰ ਬਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਵਿਦਵਾਨ ਨੇ ਲਿਖਿਆ ਨਾ ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸੀਂ ਅਸੀਂ ਆਪ ਚ ਰਖੜੀਆਂ ਤੇ ਚੜੇ ਹੋਏ ਆਂ ਸਿਰ ਦੇ ਕੇ ਜਿੱਥੋਂ ਦੀ ਫੀਸ ਲੱਗਦੀ ਅਸੀਂ ਉਹਨਾਂ ਸਕੂਲਾਂ ਦੇ ਪੜੇ ਹੋਏ ਆਂ ਨਹੀਂ ਡਰਪੋਕ ਅਹਿੰਸਾ ਦੇ ਪੁਜਾਰੀਆਂ ਵਾਂਗ ਆ ਗਾਂਧੀ ساری ਜ਼ਿੰਦਗੀ ਹਿੰਸਾ ਦਾ ਰੋਣਾ ਰੋਂਦਾ ਰਿਆ ਪਰ ਜਿੰਨਾ ਗੰਦ ਜਿੰਨਾ ਖਲਾਰਾ ਇਸ ਬੰਦੇ ਨੇ ਪਾਇਆ ਹੋਰ ਕਿਸੇ ਨੇ ਨਹੀਂ ਪਾਇਆ ਜਿਨੀ ਹਿੰਸਾ ਇਹਨੇ ਕੀਤੀ ਹੈ ਨਾ ਬੇਸ਼ੱਕ ਇਹਨੇ ਆਪਣੇ ਹੱਥ ਵਿੱਚ ਹਥਿਆਰ ਨਹੀਂ ਚੁੱਕਿਆ ਪਰ ਇਹਨੇ ਆਪਣੇ ਕੰਮਾਂ ਦੇ ਦੁਆਰਾ ਐਸੀ ਹਿੰਸਾ ਕੀਤੀ ਹੈ ਕਦੀ ਪੜ ਕੇ ਵੇਖੋ ਤਾਂ ਪਤਾ ਲੱਗਦਾ ਹੈ ਵੀ ਕੀ ਇਸ ਵਿਅਕਤੀ ਨੇ ਇਸ ਭਾਰਤ ਦੀ ਧਰਤੀ ਉੱਤੇ ਕੀਤਾ ਹੈ ਤੇ ਉਹ ਵਿਦਵਾਨ ਲਿਖਦਾ ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸੀਂ ਅਸੀਂ ਆਪ ਚ ਰਖੜੀਆਂ ਤੇ ਚੜੇ ਹੋਏ ਆਂ ਸਿਰ ਦੇ ਕੇ ਜਿੱਥੋਂ ਦੀ ਫੀਸ ਲੱਗਦੀ ਅਸੀਂ ਉਹਨਾਂ ਸਕੂਲਾਂ ਦੇ ਪੜੇ ਹੋਏ ਆਂ ਨਹੀਂ ਡਰਪੋਕ ਅਹਿੰਸਾ ਦੇ ਪੁਜਾਰੀਆਂ ਵਾਂਗ ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ ਐਵੇਂ ਨਹੀਂ ਲੋਕੀ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਇਹ ਸਿਰ ਦੇ ਕੇ ਸਰਦਾਰੀਆਂ ਮਿਲੀਆਂ ਵੈਸੇ ਨਹੀਂ ਮਿਲ ਗਈਆਂ ਇਹ ਦੁਕਾਨ ਤੋਂ ਨਹੀਂ ਮਿਲਦੀਆਂ ਪੈਸੇ ਦੇ ਕੇ ਨਹੀਂ ਮਿਲਦੀਆਂ ਇਹ ਸਿਰ ਦੇ ਕੇ ਸਰਦਾਰੀਆਂ ਮਿਲੀਆਂ ਉਹਨਾਂ ਨੂੰ ਪਤਾ ਇਹ ਵੀ ਇਹ ਬਾਰ-ਬਾਰ ਇਹ ਗੱਲਾਂ ਕਰਦੇ ਨੇ ਤੇ ਇਹਨਾਂ ਦੀਆਂ ਸਰਦਾਰੀਆਂ ਹੀ ਖੋਹ ਸਭ ਤੋਂ ਪਹਿਲਾਂ ਇਹਨਾਂ ਦੇ ਕੋਲ ਕਿਉਂਕਿ ਗੁਰੂ ਨੇ ਆਖਿਆ ਸੀ ਨਾ ਜਿਨ ਕੀ ਜਾਤ ਔਰ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿਨਹੀ ਕੋ ਸਰਦਾਰ ਬਣਾਉ ਤਿਨਹੀ ਸੇ ਰਾਜੇ ਉਪਜਾਉ ਰਾਜ ਕਰਨ ਕੀ ਰੀਤ ਸਿਖਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਇਥੇ ਮਾਲਕ ਸਰਦਾਰੀਆਂ ਦੇ ਰਿਆ ਉਹ ਸਰਦਾਰੀਆਂ ਖੋਣ ਲੱਗੇ ਹੋਏ ਤੇ ਬੜੀ ਸਾਜਿਸ ਦੇ ਨਾਲ ਖੋ ਰਹੇ ਨੇ ਬੇਨਤੀ ਕਰਾਂ ਕਿਵੇਂ ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਦੀ ਨਾ ਇੰਟਰਨੈਟ ਉੱਤੇ ਤੁਹਾਨੂੰ ਫੋਟੋ ਮਿਲ ਜਾਏਗੀ ਵੈਸੇ ਤੇ ਫੋਟੋਆਂ ਸਾਰੀਆਂ ਕਲਪਨਿਕ ਹੁੰਦੀਆਂ ਨੇ ਮਨੋਕਲਪਤ ਹੁੰਦੀਆਂ ਨੇ ਪਰ ਏਜੰਸੀਆਂ ਨੇ ਇੱਕ ਫੋਟੋ ਤਿਆਰ ਕੀਤੀ ਹੈ ਗੁਰੂ ਨਾਨਕ ਸਾਹਿਬ ਦੀ ਅਖੌਤੀ ਫੋਟੋ ਹੈ ਉਹ ਫੋਟੋ ਇਦਾਂ ਦੀ ਹੈ ਸਿਰ ਉੱਤੇ ਟੋਪੀ ਪਾਈ ਹੋਈ ਹੈ ਗਲ ਚ ਜਨੇਊ ਪਾਇਆ ਹੋਇਆ ਜਨੇਊ ਜਿਹੜੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਹੀ ਜਨੇਊ ਦਾ ਖੰਡਨ 10 ਸਾਲ ਦੀ ਉਮਰ ਦੇ ਵਿੱਚ ਕਰਦੇ ਨੇ ਜਦੋਂ ਆਖਦੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਗੁਰੂ ਨਾਨਕ ਸਾਹਿਬ ਦੇ ਕੋਲ ਪੁਜਾਰੀ ਨਾ ਜਨੇਊ ਲੈ ਕੇ ਆਇਆ ਕਹਿੰਦਾ ਜੀ ਤੁਹਾਨੂੰ ਜਨੇਊ ਪਾਇਆ ਜਾਣਾ ਅੱਜ ਗੁਰੂ ਨਾਨਕ ਸਾਹਿਬ ਕਹਿੰਦੇ ਇਹਦੇ ਨਾਲ ਹੁੰਦਾ ਕੀ ਐ ਕਹਿੰਦੇ ਜਿਹੜਾ ਜਨੇਊ ਪਾਲੰਦਾ ਨਾ ਉਹ ਵੱਡਾ ਹੋ ਜਾਂਦਾ ਉੱਚਾ ਹੋ ਜਾਂਦਾ ਗੁਰੂ ਨਾਨਕ ਸਾਹਿਬ ਨੇ ਆਖਿਆ ਕਹਿੰਦੇ ਮੈਂ ਆਪਣੀ ਮਾਂ ਦੇ ਤਨ ਦੇ ਉੱਤੇ ਅੱਜ ਤੱਕ ਜਨੇਊ ਨਹੀਂ ਵੇਖਿਆ ਮੈਂ ਤੇ ਜਨੇਊ ਪਾ ਕੇ ਉੱਚਾ ਹੋ ਜਾਵਾਂ ਤੇ ਮੇਰੀ ਮਾਂ ਮੇਰੇ ਨਾਲ ਛੋਟੀ ਹੋ ਜਾਵੇ ਇਦਾਂ ਕਰੋ ਸਭ ਤੋਂ ਪਹਿਲਾਂ ਮੇਰੀ ਮਾਂ ਨੂੰ ਪਾ ਕੇ ਆਓ ਜਾ ਕੇ ਪੁਜਾਰੀ ਨੇ ਆਖਿਆ ਪੰਡਤ ਨੇ ਆਖਿਆ ਕਹਿੰਦਾ ਔਰਤ ਵਾਸਤੇ ਨਹੀਂ ਹੈ ਜਨੇਊ ਔਰਤ ਵਾਸਤੇ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ ਆਖਿਆ ਕਹਿੰਦੇ ਫਿਰ ਜਿੰਨਾ ਦੋਸਤਾਂ ਮਿੱਤਰਾਂ ਦੇ ਨਾਲ ਮੈਂ ਖੇਡਦਾ ਵਾਂ ਉਹਨਾਂ ਨੂੰ ਪਾ ਦਿਓ ਪੰਡਤ ਕਹਿੰਦਾ ਸ਼ੂਦਰਾਂ ਵਾਸਤੇ ਵੀ ਨਹੀਂ ਹੈ ਜਨੇਊ ਉਹਨਾਂ ਨੂੰ ਵੀ ਨਹੀਂ ਪਾਇਆ ਜਾ ਸਕਦਾ ਗੁਰੂ ਨਾਨਕ ਸਾਹਿਬ ਨੇ ਆਖਿਆ ਮੇਰੀ ਵੱਡੀ ਭੈਣ ਉਹਨੂੰ ਤੇ ਵਾਸ ਸਕਦੇ ਹੋ 5 ਸਾਲ ਵੱਡੀ ਮੇਰੇ ਨਾਲੋਂ ਕਹਿੰਦੇ ਨਹੀਂ ਤੁਹਾਨੂੰ ਦੱਸਿਆ ਤੇ ਹੈ ਔਰਤ ਵਾਸਤੇ ਨਹੀਂ ਹੈ ਇਹ ਤੈਨੂੰ ਹੀ ਪਾਇਆ ਜਾ ਸਕਦਾ ਬਸ ਹੋਰ ਕਿਸੇ ਨੂੰ ਨਹੀਂ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਹੈ اے ਭਲਿਆ ਜੇ ਤੂੰ ਮੇਰੀ ਮਾਂ ਨੂੰ ਜਨੇਊ ਨਹੀਂ ਪਾ ਸਕਦਾ ਜੇ ਤੂੰ ਮੇਰੀ ਭੈਣ ਨੂੰ ਜਨੇਊ ਨਹੀਂ ਪਾ ਸਕਦਾ ਤੂੰ ਮੇਰੇ ਮਿੱਤਰਾਂ ਨੂੰ ਜਨੇਊ ਨਹੀਂ ਪਾ ਸਕਦਾ ਤੇ ਤੇਰਾ ਇਹੋ ਜਿਹਾ ਜਨੇਊ ਮੈਂ ਪਾ ਕੇ ਕੀ ਕਰਨਾ ਹੈ ਮੈਂ ਵੀ ਇਹ ਜਨੇਊ ਨਹੀਂ ਪਾਉਣਾ ਇਹ ਧਾਗਾ ਮੈਂ ਨਹੀਂ ਪਾਉਣਾ ਜੇ ਤੇਰੇ ਕੋਲ ਗੁਣਾ ਵਾਲਾ ਜਨੇਊ ਹੈ ਤੇ ਮੈਨੂੰ ਦੇ ਦੇ ਮੈਂ ਪਾ ਲਵਾਂਗਾ ਉਹ ਜਨੇਊ ਸਰੀਰ ਉੱਤੇ ਨਹੀਂ ਉਹ ਮਨ ਉੱਤੇ ਪੈਂਦਾ ਹੈ ਦਇਆ ਕਪਾ ਜਿਹਦੇ ਵਿੱਚ ਦਇਆ ਹੋਵੇ ਭਾਵ ਮਨ ਵਿੱਚ ਦਇਆ ਪੈਦਾ ਹੋ ਜਾਵੇ ਮਨ ਦਾ ਜਨੇਊ ਕੋਈ ਐਸਾ ਦਇਆ ਕਪਾ ਸੰਤੋਖ ਸੂਤ ਸੰਤੋਖ ਆਵੇ ਕਿਤੇ ਮੇਰੇ ਜੀਵਨ ਦੇ ਵਿੱਚ ਸੰਤੋਖ ਸੂਤ ਹੋਵੇ ਸੰਤੋਖ ਸੂਤ ਜੱਤ ਗੰਢੀ ਜਿਹਨੂੰ ਜੱਤ ਦੀਆਂ ਗੰਡਾਂ ਦਿੱਤੀਆਂ ਹੋਣ ਉੱਚੇ ਕੈਰੇਕਟਰ ਦੀਆਂ ਗੰਡਾਂ ਦਿੱਤੀਆਂ ਹੋਣ ਕੋਈ ਐਸਾ ਜਨੇਊ ਹੈ ਜਿਹੜਾ ਮਨ ਉੱਤੇ ਪੈਂਦਾ ਹੋਵੇ ਜੱਤ ਗੰਢੀ ਸੱਤ ਵਟ ਇਹ ਜਨੇਊ ਜੀ ਕਾ ਹੈ ਤਾਂ ਪੰਡੇ ਘੱਤ ਜੇ ਹੈਗਾ ਤਾਂ ਤਿਆਰ ਕਰ ਦੇ ਜਿਹੜਾ ਮਨ ਉੱਤੇ ਪੈਂਦਾ ਇਹ ਮੈਂ ਪਾਲਵਾਗਾ ਪੰਡਤ ਨੇ ਹੱਥ ਖੜੇ ਕਰ ਦਿੱਤੇ ਕਹਿੰਦੇ ਮੇਰੇ ਕੋਲ ਨਹੀਂ ਹੈਗਾ ਐਸਾ ਜਨੇਊ ਮੇਰੇ ਕੋਲ ਨਹੀਂ ਹੁਣ ਜਿਹੜੇ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਹੋਵੇ ਉਸੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਤਿਆਰ ਕੀਤੀ ਗਈ ਜਿਸ ਚ ਸਿਰ 'ਚ ਟੋਪੀ ਬੁਵਾਈ ਹੈ ਗਲ 'ਚ ਜਨੇਊ ਪਾਇਆ ਕਿਉਂ ਤਿਆਰ ਕੀਤੀ ਗਈ ਕਿਉਂਕਿ ਆਉਣ ਵਾਲੇ 50 100 ਸਾਲਾਂ ਨੂੰ ਇਹ ਫੋਟੋ ਹਜੇ ਛੋਟੀ ਹੈ ਹੌਲੀ-ਹੌਲੀ ਵੱਡੀ ਹੁੰਦੀ ਜਾਵੇਗੀ ਸਿੱਖਾਂ ਨੇ ਆਪਣੇ ਘਰ ਵਿੱਚ ਲਾ ਲੈਣੀ ਹੈ ਤੇ ਆਉਣ ਵਾਲੇ 100 ਸਾਲ ਬਾਅਦ ਜਿਹੜੀਆਂ ਸਾਡੇ ਅੱਗੇ ਪੀੜ੍hiyan ਆਉਣਗੀਆਂ ਉਹਨਾਂ ਨੂੰ ਵਿਖਾਈ ਜਾਵੇਗੀ ਵੇਖੋ ਜੀ ਤੁਹਾਡਾ ਬਾਬਾ ਨਾਨਕ ਵੀ ਤਾਂ ਟੋਪੀ ਪਾਉਂਦਾ ਹੁੰਦਾ ਸੀ ਉਹ ਵੀ ਤਾਂ ਜਨੇਊ ਪਾਉਂਦਾ ਹੁੰਦਾ ਸੀ ਤੁਸੀਂ ਵੀ ਪਾਓ ਤੁਸੀਂ ਵੀ ਇਹ ਟੋਪੀ ਪਾਇਆ ਕਰੋ ਤੁਹਾਡਾ ਬਾਬਾ ਨਾਨਕ ਵੀ ਤੇ ਪਾਰੇ ਆਏ ਤੁਸੀਂ ਕਿਉਂ ਨਹੀਂ ਪਾਉਂਦੇ ਅੱਜ ਬਿਆਨ ਦਿੱਤੇ ਜਾਂਦੇ ਨੇ ਨਾ ਤੁਸੀਂ ਨਿਤ ਵੇਖ ਲਓ ਅਖਬਾਰਾਂ ਪੜ੍ਹ ਲਓ ਆਰਐਸਐਸ ਵਾਲੇ ਬਿਆਨ ਦਿੰਦੇ ਨੇ ਵੀ ਸੇ ਸਿੱਖ ਨੇ ਜਿਹੜੇ ਇਹ ਵੀ ਸਾਡੇ ਸਾਡੇ ਵਿੱਚੋਂ ਹੀ ਨਿਕਲੇ ਨੇ ਸਾਡਾ ਹੀ ਹਿੱਸਾ ਨੇ ਬਿਆਨ ਦੇ ਰਹੇ ਨੇ ਤੇ ਉਹਨਾਂ ਨੇ ਤੇ ਆਖਣਾ ਸ਼ੁਰੂ ਕਰ ਦਿੱਤਾ ਵੀ 2021 ਤੱਕ ਮੁਸਲਮਾਨਾਂ ਅਤੇ ਈਸਾਈਆਂ ਨੂੰ ਵੀ ਅਸੀਂ ਹਿੰਦੂ ਬਣਾ ਦੇਾਂਗੇ ਤੇ ਸਿੱਖਾਂ ਬਾਰੇ ਤੇ ਉਹ ਕੁਝ ਕਹਿੰਦੇ ਨਹੀਂ ਕਿਉਂਕਿ ਉਹ ਸਾਨੂੰ ਪਹਿਲਾਂ ਹੀ ਇਹ ਗੱਲ ਆਖ ਚੁੱਕੇ ਨੇ ਵੀ ਇਹ ਤਾਂ ਸਾਡੇ ਹੀ ਨੇ ਇਹ ਤਾਂ ਸਾਡੇ ਵਿੱਚੋਂ ਹੀ ਨਿਕਲੇ ਹੋਏ ਨੇ ਇਹ ਹਿੰਦੂ ਹੀ ਨੇ ਵੀ ਉਹ ਅੱਜ ਕਹਿ ਰਹੇ ਨੇ ਤੇ ਉਹਨਾਂ ਨੇ ਕਰਕੇ ਵੀ ਬਖਾ ਦੇਣਾ 2021 ਤੱਕ ਦਾ ਟਾਈਮ ਦੇ ਦਿੱਤਾ ਉਹਨਾਂ ਨੇ ਤੇ ਇਹ ਤੋਂ ਹੁਣ ਬਚਿਆ ਬੰਦਾ ਕਿਵੇਂ ਜਾਣਾ ਆਪਣੇ ਆਪ ਨੂੰ ਆਪ ਸੁਧਾਰਨਾ ਪੈਣਾ ਤੇ ਘਰ ਦੇ ਵਿੱਚੋਂ ਬਹਾਮਣਾਂ ਵਾਲੇ ਸਾਰੇ ਕਰਮਕਾਂਡ ਹੁੰਝ ਕੇ ਬਾਹਰ ਸੁੱਟੋ ਕੇਵਲ ਤੇ ਕੇਵਲ ਧੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਆਪਣੇ ਘਰ ਵਿੱਚ ਲੈ ਕੇ ਆਓ ਗੱਲ ਤਾਂ ਬਣਨੀ ਜੇ ਕੇਵਲ ਐਵੇਂ ਨਹੀਂ ਗੱਲ ਬਣ ਜਾਣੀ ਅਸੀਂ ਸਾਰੇ ਕੰਮ ਤੇ ਉਹ ਦੂਜਿਆਂ ਵਾਲੇ ਕਰਦੇ ਆਂ ਵੀ ਰਖੜੀਆਂ ਸਿੱਖ ਬੰਨੇ ਕਰਵਾ ਚੌਥ ਸਾਡੇ ਘਰਾਂ ਦੇ ਵਿੱਚ ਮਨਾਏ ਜਾਣ ਇਹ ਕੀ ਐ ਵੀ ਰਖੜੀਆਂ ਕਰਵਾ ਚੌਥ ਲੋੜੀਆਂ ਦੀਵਾਲੀਆਂ ਇਹ ਕੀ ਐ ਜੀ ਦੁਸ਼ਹਿਰਾ ਸਿੱਖ ਮਨਾਵੇ ਹੋਲੀ ਸਿੱਖ ਮਨਾਵੇ ਜਿਹੜੇ ਸਾਡੇ ਤਿਆਰ ਹੈ ਹੀ ਨਹੀਂ ਜਿਹੜੇ ਕਰਮ ਕਾਂਡ ਆਪਾਂ ਕਰਦੇ ਪਾਏ ਆ ਹੁਣ ਕੰਜਕਾਂ ਆਉਣੀਆਂ ਨੇ ਅੱਗੇ ਇਹ ਪੂੜੀਆਂ ਛੋਲੇ ਨਾਲ ਕੜਾ ਤਿਆਰ ਕਰ ਲਿਆ ਮਾਤਾ ਨੂੰ ਖੁਸ਼ ਕਰਨਾ ਵੀ ਕੀ ਕਰਨਾ ਤੁਸੀਂ ਮਾਤਾ ਨੂੰ ਖੁਸ਼ ਕਰਕੇ ਕੀ ਮਿਲੂਗਾ ਉਹਦੇ ਕੋਲ ਕੁਝ ਨਹੀਂ ਮਿਲਣਾ ਉਹ ਸ਼ੇਰ ਉੱਤੇ ਬੈ ਕੇ ਘੁੰਮਦੀ ਰਹੀ ਤੁਹਾਨੂੰ ਵੀ ਸ਼ੇਰ ਤੇ ਝੂਟਾ ਦਵਾ ਸਕਦੀ ਇਸ ਤੋਂ ਬਾਅਦ ਉਹਦਕੋ ਵੀ ਕੁਝ ਨਹੀਂ ਹੈਗਾ ਜੇ ਪਰ ਨਹੀਂ ਸਾਡੇ ਸਾਡੇ ਸਮਾਜ ਦਾ ਜ਼ੋਰ ਲੱਗਾ ਹੋਇਆ ਵੀ ਅਸੀਂ ਉਹਨਾਂ ਵਾਲੇ ਕੰਮ ਕਰ ਲਈਏ ਇੱਥੇ ਗੁਰੂ ਤੁਹਾਨੂੰ ਸੱਚ ਦੀ ਵਿਚਾਰ ਦੇ ਰਿਹਾ ਇਹਦੇ ਨਾਲ ਜੁੜੋ ਭਲਿਓ ਉਥੋਂ ਕੱਖ ਨਹੀਂ ਮਿਲਣਾ ਤੇ ਜੇ ਆਪਣੇ ਆਪ ਨੂੰ ਸਵਾਰ ਲਵਾਂਗੇ ਨਾ ਗੱਲ ਤਾਂ ਹੀ ਉਹ ਬਣਣੀ ਹੈ ਜੇ ਆਪਣੇ ਆਪ ਨੂੰ ਨਾ ਸਵਾਰਿਆ ਤੇ ਉਹ ਅਰਸ ਅਜਗਰ ਵਰਗੀ ਹੈ ਨਿਕਲਣ ਲੱਗਿਆਂ ਦੇਰ ਨਹੀਂ ਲਾਉਣੀ ਕਿਤਾਬ ਪੜਿਓ ਕਦੀ ਤੇ ਸਿੱਖ ਵੀ ਨਿਕਲਿਆ ਗਿਆ ਅ ਸਿੱਖ ਵੀ ਨਿਕਲਿਆ ਜਾ ਰਿਹਾ ਉਹ ਸਰਦਾਰ ਕੁਲਬੀਰ ਸਿੰਘ ਕੌੜਾ ਨੇ ਕਿਤਾਬ ਲਿਖੀ ਸੀ ਉਹਦੇ ਬਾਹਰਲੇ ਜਿਹੜਾ ਗੱਤਾ ਹੈ ਨਾ ਗੱਤੇ ਦੇ ਉੱਤੇ ਇੱਕ ਇੱਕ ਅਜਗਰ ਬਣਾਇਆ ਹੋਇਆ ਤੇ ਉਹਦੇ ਮੂੰਹ ਦੇ ਵਿੱਚ ਇੱਕ ਸਿੱਖ ਜਾਂਦਾ ਹੋਇਆ ਵਿਖਾਇਆ ਜਿਸ ਨੇ ਕਿਰਪਾਨ ਪਾਈ ਹੋਈ ਹੈ ਵੀ ਉਹ ਬ੍ਰਾਹਮਣ ਜਿਹੜਾ ਅਜਗਰ ਵਰਗਾ ਹੈ ਤੇ ਉਹ ਨਿਕਲਦਾ ਪਿਆ ਜਦ ਕੇ ਬਾਬੇ ਕਬੀਰ ਵਰਗਿਆਂ ਨੇ ਡੰਕੇ ਦੀ ਚੋੜ ਤੇ ਕਾਂਛੀ ਦੀ ਧਰਤੀ ਦੇ ਵਿੱਚ ਬਹਿ ਕੇ ਇਹ ਗੱਲ ਆਖੀ ਸੀ ਕਬੀਰ ਬ્રાਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰ ਨਾਹੀਂ ਸਾਡਾ ਗੁਰੂ ਨਹੀਂ ਹੈ ਜਗਤ ਦਾ ਹੋਵੇਗਾ ਸਾਡਾ ਨਹੀਂ ਹੈ ਪਰ ਸਿੱਖਾਂ ਨੇ ਅੱਜ ਉਸੇ ਬ્રાਹਮਣ ਨੂੰ ਆਪਣਾ ਗੁਰੂ ਬਣਾ ਲਿਆ ਏ ਉਸੇ ਨੂੰ ਬਣਾ ਲਿਆ ਉਹਤੇ ਤੇ ਆਖਿਆ ਸੀ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਅਰਜ ਉਰਜ ਕੇ ਪਚਮੂ ਆ ਚਾਰੋ ਵੇਦੋਂ ਮਾਹੇ ਇਹ ਤੇ ਚਾਰ ਵੇਦਾਂ ਦੀ ਵਿਚਾਰਧਾਰਾ ਦੇ ਵਿੱਚ ਫਸ ਕੇ ਨੇ ਆਪਣੇ ਜੀਵਨ ਨੂੰ ਬਰਬਾਦ ਕਰ ਲਿਆ ਭਲੇ ਉਹ ਤੁਹਾਨੂੰ ਕੀ ਦਵੇਗਾ ਤੁਹਾਨੂੰ ਵੀ ਕੁਝ ਨਹੀਂ ਦਿੱਤਾ ਜਾਣਾ ਇਹਦੇ ਕੋ ਕਿਉਂਕਿ ਚਾਰ ਵੇਦਾਂ ਚ ਕੁਝ ਹੈ ਹੀ ਨਹੀਂ ਜਿਹੜਾ ਕਿਸੇ ਦੇ ਜੀਵਨ ਨੂੰ ਉੱਚਾ ਕਰ ਸਕੇ ਪਰ ਸਾਡਾ ਹਾਲ ਪਤਾ ਕੀ ਆ ਉਹ ਵੀ ਬਾਬਾ ਕਬੀਰ ਜੀ ਨੇ ਬਿਆਨ ਕੀਤਾ ਕਬੀਰ ਜਿਹੇ ਮਾਰਗ ਪੰਡਿਤ ਗਏ ਜਿਸ ਮਾਰਗ ਦੇ ਉੱਤੇ ਵਹਿਮਾ ਭਰਮਾ ਦੇ ਵਿੱਚ ਪਾਉਣ ਵਾਲੇ ਲੋਕ ਗਏ ਨਾ ਪਾਛੇਪਰੀ ਵਹੀਰ ਲੋਕੀ ਵਹੀਰਾਂ ਘੱਟ ਕੇ ਤੁਰ ਪੈਂਦੇ ਨੇ ਪਾਛੇ ਪਰਿ ਵਹੀਰ ਇੱਕ ਅਵਕਟ ਘਾਟੀ RAM ਕੀ ਤੇ ਚੜ ਰਿਓ ਕਬੀਰ ਬਾਬਾ ਕਬੀਰ ਜੀ ਨੇ ਆਖਿਆ ਕਹਿੰਦੇ ਦੁਨੀਆਂ ਦੇ ਲੋਕ ਸੱਚ ਦੇ ਰਾਹ ਦੇ ਉੱਤੇ ਤੁਰਨ ਨੂੰ ਨ ਔਖਾ ਗਿਣਦੇ ਨੇ ਪਰ ਕਹਿੰਦੇ ਮੈਂ ਤੇ ਉਸੇ ਸੱਚ ਦੇ ਰਾਹ ਦੇ ਉੱਤੇ ਤੁਰਦਾ ਵਾਂ ਦੁਨੀਆਂ ਦੇ ਲੋਕੋ ਤੁਸੀਂ ਡੇਰਿਆਂ ਵਿੱਚ ਜਾਣਾ ਹੈ ਜਾਓ ਤੁਸੀਂ ਮੜੀਆਂ ਤੇ ਜਾਣਾ ਹੈ ਜਾਓ ਤੁਸੀਂ ਬਾਬਿਆਂ ਦੇ ਪੈਰ ਧੋਤੋ ਕੇ ਪੀਣੇ ਨੇ 100 ਵਾਰ ਪੀ ਲਓ ਪਰ ਮੈਂ ਇਹ ਕੰਮ ਨਹੀਂ ਕਰਾਂਗਾ ਮੈਂ ਤੇ ਆਪਣੇ ਗੁਰੂ ਦੀ ਮਰਿਆਦਾ ਮੁਤਾਬਕ ਤੁਰਦਾ ਹੁਣ ਮੱਥਾ ਅਸੀਂ ਬਾਬੇ ਕਬੀਰ ਅੱਗੇ ਟੇਕੀਏ ਮੱਥਾ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਟੇਕੀਏ ਤੇ ਕੰਮ ਸਾਰੇ ਦੂਜੇ ਕਰੀਏ ਤੇ ਗੱਲ ਬਣਦੀ ਨਹੀਂ ਨਾ ਜਬਲਾ ਖਾਲਸਾ ਪੜੋ ਜੀ ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹੈਂ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨਕੀ ਪ੍ਰਤੀਤ ਇਹ ਗੁਰੂ ਸਾਹਿਬ ਨੇ ਆਖੀ ਸੀ ਨਾ ਇਹ ਗੱਲ ਕਵੀਆਂ ਦੇ ਦੁਆਰਾ ਇਹ ਦੋਹਰਾ ਲਿਖਿਆ ਗਿਆ ਵੀ ਜਿੱਦਨ ਸਿੱਖ ਬ੍ਰਾਹਮਣੀ ਵਿਚਾਰਧਾਰਾ ਵਾਲੇ ਪਾਸੇ ਨੂੰ ਤੁਰ ਜਾਏਗਾ ਨਾ ਮੈਂ ਦਾ ਸਾਥ ਨਹੀਂ ਦੇਵਾਂਗਾ ਪਰ ਅੱਜ ਸਾਡਾ ਹਾਲ ਕੁਝ ਉਸੇ ਤਰ੍ਹਾਂ ਦਾ ਹੋ ਰਿਹਾ ਵੀ ਆ ਸਾਡਾ ਟਰੈਕ ਜਿਹੜਾ ਇਹ ਨਾ ਉਹ ਚੇਂਜ ਹੋ ਗਿਆ ਆਪਾਂ ਦੂਜੇ ਪਾਸੇ ਨੂੰ ਜਾ ਰਹੇ ਆ ਤਾਂ ਇੱਕ ਬੇਨਤੀ ਕਰਨਾ ਜਿੱਦਾਂ ਉਹਨਾਂ ਲੋਕਾਂ ਨੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਟੋਪੀ ਵਾਲੀਆਂ ਤਿਆਰ ਕੀਤੀਆਂ ਨਾ ਇਦਾਂ ਦੀਆਂ ਬਾਬੇ ਕਬੀਰ ਦੀਆਂ ਵੀ ਕੀਤੀਆਂ ਨੇ ਤੁਸੀਂ ਵੇਖੀ ਹੋਣੀ ਤਸਵੀਰ ਕਦੀ ਕਈ ਵਾਰ ਸ਼ਬਦ ਚੱਲ ਰਿਹਾ ਹੋਵੇ ਨਾ ਤੇ ਟੀ ਸੀਰੀਜ਼ ਕੰਪਨੀ ਵਾਲਿਆਂ ਨੇ ਵੀ ਕਈ ਵਾਰੀ ਇਦਾਂ ਦਾ ਜਦੋਂ ਸ਼ਬਦ ਚੱਲ ਰਿਹਾ ਹੁੰਦਾ ਬਾਬਾ ਕਬੀਰ ਜੀ ਦਾ ਦੇਖੋ ਇੱਕ ਫੋਟੋ ਵਿਖਾਉਂਦੇ ਨੇ ਉਹ ਆਮ ਇੰਟਰਨੈਟ ਉੱਤੇ ਵੀ ਮਿਲ ਜਾਂਦੀ ਉਹ ਲੰਬਾ ਸਾਰਾ ਟੋਪ ਜਿਹਾ ਪਾਇਆ ਹੁੰਦਾ ਇੱਕ ਬਾਬੇ ਕਬੀਰ ਜੀ ਦੀ ਫ ਵੀ ਕਹਿਣ ਦਾ ਉਹਨਾਂ ਦਾ ਵੀ ਭਾਵ ਇਹ ਆ ਵੀ ਇਹ ਟੋਪੀ ਪਾਉਂਦੇ ਸੀ ਉਹਨਾਂ ਟੋਪੀ ਵਾਲੀਆਂ ਫੋਟੋ ਸਾਡੇ ਸਾਹਮਣੇ ਲੈ ਕੇ ਆਉਂਦੀਆਂ ਤੇ ਭਗਤ ਰਵਿਦਾਸ ਜੀ ਦੀ ਤਸਵੀਰ ਵੇਖ ਲਓ ਹੈਗੀਆਂ ਸਾਰੀਆਂ ਕਲਪਨਿਕ ਨੇ ਮਨੋਕਲਪਤ ਨੇ ਪਰ ਇਹ ਗੁੰਮਰਾਹ ਕਰਨ ਵਾਸਤੇ ਤਿਆਰ ਕੀਤੀਆਂ ਜਾ ਰਹੀਆਂ ਨੇ ਇਦਾਂ ਦੀਆਂ ਤਸਵੀਰਾਂ ਗੁੰਮਰਾਹ ਕਰਨ ਵਾਸਤੇ ਭਗਤ ਰਵਿਦਾਸ ਜੀ ਦੀ ਤਸਵੀਰ ਜਿਹੜੀ ਬਣਾਈ ਹੈਗੀ ਤੇ ਉਹ ਵੀ ਮਨੋਕਲਪਤ ਹੀ ਹੈ ਪਰ ਸਿਰ ਦੇ ਉੱਤੇ ਦਸਤਾਰ ਨਹੀਂ ਵਿਖਾਈ ਸਿਰ ਨੰਗਾ ਹੀ ਵਿਖਾਤਾ ਕੇਸ ਖੁੱਲੇ ਵਿਖਾਤੇ ਜਦ ਕਿ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਪੜ੍ਹ ਕੇ ਵੇਖੋ ਪੱਗ ਦੀ ਗੱਲ ਕਰਦੇ ਪਏ ਨੇ ਉਹਨਾਂ ਨੇ ਆਖਿਆ ਬੰਕੇ ਬਾਲ ਪਾਗ ਸਿਰ ਢੇਰੀ ਇਹ ਤਨ ਹੋਏਗੋ ਭਸਮ ਕੀ ਢੇਰੀ ਉਹਨਾਂ ਨੇ ਪੱਗ ਦੀ ਗੱਲ ਕੀਤੀ ਹੈ ਹੁਣ ਜਿਉ ਪੱਗ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਆਪ ਵੀ ਪੱਗ ਬੰਨ੍ਹਦੇ ਹੋਣਗੇ ਤਾਂ ਹੀ ਉਹਨਾਂ ਨੇ ਪੱਗ ਦੀ ਉਦਾਹਰਣ ਲਈ ਹੈ ਵੈਸੇ ਲੈਣੀ ਨਹੀਂ ਸੀ ਉਹਨਾਂ ਨੇ ਵੈਸੇ ਲੈਣੀ ਨਹੀਂ ਸੀ ਤੇ ਭਗਤ ਫਰੀਦ ਜੀ ਦੀ ਤਸਵੀਰ ਬਣਾਈ ਉਹਨਾਂ ਨੂੰ ਸਿਰੋਂ ਗੰਜਾ ਹੀ ਵਿਖਾ ਦਿੱਤਾ ਕੇਸ ਖੁੱਲੇ ਵਿਖਾ ਦਿੱਤਾ ਤੇ ਐਦਾਂ ਦੀ ਤਸਵੀਰ ਬਣਾਤੀ ਵੀ ਐ ਦੋ ਅੱਖਾਂ ਦੇ ਵਿੱਚ ਉਹਨਾਂ ਨੇ ਉਂਗਲਾਂ ਜੀਆਂ ਐਦਾਂ ਕੀਤੀਆਂ ਨੇ ਤੇ ਉਹ ਕਾਵਾਂ ਨੂੰ ਕਹਿ ਰਹੇ ਇਹ ਦੋਏ ਨੈਨਾ ਮਤ ਛੂ ਉਹ ਫਿਰ ਦੇਖਣ ਕੀ ਆਸ ਉਥੇ ਇਹਨਾਂ ਅੱਖਾਂ ਦਾ ਜ਼ਿਕਰ ਹੋ ਹੀ ਨਹੀਂ ਰਿਹਾ ਉਹਨਾਂ ਕਾਵਾਂ ਦਾ ਜ਼ਿਕਰ ਹੋ ਹੀ ਨਹੀਂ ਰਿਹਾ ਸ਼ਬਦ ਦੇ ਵਿੱਚ ਉਹ ਗੱਲ ਹੋਰ ਚੱਲ ਰਹੀ ਹੈ ਕਾਂ ਉਥੇ ਪੰਜ ਵਿਕਾਰਾਂ ਨੂੰ ਆਖਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤੇ ਨੇਤਰ ਪਤਾ ਕਿਨੂੰ ਆਖਿਆ ਬਾਣੀ ਦਾ ਵਾਕ ਹੈ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਅੱਖਾਂ ਬਾਣੀ ਵਿੱਚ ਸੁਰਤ ਵਾਸਤੇ ਆਇਆ ਏ ਬਾਬਾ ਕਬੀਰ ਜੀ ਕਹਿ ਰਹੇ ਨੇ ਹੇ ਵਿਕਾਰਾਂ ਰੂਪੀ ਕਾਉ ਮੇਰੀ ਸੁਰਤ ਉਤੇ ਹਮਲਾ ਨਾ ਕਰਿਓ ਇਹ ਦੋਏ ਨੈਣਾ ਮਤ ਛੂਓ ਪਿਰ ਦੇਖਣ ਕੀ ਆਸ ਮੈਂ ਤੇ ਮਾਲਕ ਨੂੰ ਸਾਰੀ ਦੁਨੀਆ ਵਿੱਚੋਂ ਵੇਖਣਾ ਚਾਹਨਾ ਵਾ ਪਰ ਤੁਸੀਂ ਜਦੋਂ ਮੇਰੇ ਤੇ ਅਟੈਕ ਕਰੋਗੇ ਨਾ ਫਿਰ ਸਾਰੀ ਦੁਨੀਆ 'ਚ ਰੱਬ ਮੈਨੂੰ ਨਜ਼ਰ ਨਹੀਂ ਆਉਣਾ ਫਿਰ ਮੈਂ ਇਨਾਂ ਅੱਖਾਂ ਨਾਲ ਭੇੜਾ ਵੇਖਾਂਗਾ ਕੰਨਾਂ ਨਾਲ ਭੇੜਾ ਸੁਣਾਗਾ ਮੇਰਾ ਇਹ ਹਾਲ ਬੰਡਣਾ ਗੱਲ ਕੁਝ ਹੋਰ ਸੀ ਸਾਡਿਆਂ ਨੇ ਕੁਝ ਹੋਰ ਬਣਾਤੀ ਤੁਸੀਂ ਕਹਿੰਦੇ ਬਾਬਾ ਫਰੀਦ ਜੀ ਦੇ ਸ਼ਲੋਕ ਪੜੇ ਹੋਣਗੇ ਆਉਂਦੇ ਨਾ ਫਰੀਦਾ ਸਿਰ ਪਲਿਆ ਦਾੜੀ ਪਲੀ ਮੂਛਾਂ ਵੀ ਪੜੀਆਂ ਉਹ ਦਾੜੀ ਦਾ ਜ਼ਿਕਰ ਕਰਨ ਉਹ ਮੂਛਾਂ ਦਾ ਜ਼ਿਕਰ ਕਰਨ ਤੇ ਕੀ ਉਹਨਾਂ ਦੀ ਆਪਣੀ ਦਾੜੀ ਨਹੀਂ ਹੋਵੇਗੀ ਕਿ ਉਹਨਾਂ ਦੀ ਆਪਣੀਆਂ ਮੂਛਾਂ ਨਹੀਂ ਹੋਣਗੀਆਂ ਤੇ ਪਰ ਕਈ ਤਸਵੀਰਾਂ ਏਦਾਂ ਦੀਆਂ ਜਿੱਚ ਐਵੇਂ ਕਲੀਨ ਸ਼ੇਵ ਵਿਖਾਇਆ ਹੋਇਆ ਬਹੁਤ ਕੁਝ ਹੈ ਜੀ ਜੋ ਸਾਡੇ ਸਮਾਜ ਵਿੱਚ ਹੁੰਦਾ ਪਿਆ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਇਹ ਤਾਂ ਮੈਂ ਕਹਿੰਦਾ ਵੀ ਕੁਝ ਵੀਰ ਇਕੱਠੇ ਹੋ ਕੇ ਨਾ ਇੱਕ ਹਮਲਾ ਜ਼ਰੂਰ ਮਾਰੋ ਵੀ ਇਹਨਾਂ ਨੂੰ ਕੁਝ ਅਕਲ ਆਵੇ ਵੀ ਜਿਹੜੇ ਗੁਰਦੁਆਰਿਆਂ ਦੇ ਬਾਹਰ ਭਾਵੇਂ ਉਹ ਦਿੱਲੀ ਦੀ ਗੱਲ ਕਰ ਲਓ ਤੇ ਭਾਵੇਂ ਪੰਜਾਬ ਦੀ ਗੱਲ ਕਰ ਲਓ ਵੀ ਜਿੰਨੀਆਂ ਵੀ ਦੁਕਾਨਾਂ ਨੇ ਨਾ ਸਾਰੀ ਜਗ੍ਹਾ ਟੋਪੀਆਂ ਵਿਕਦੀਆਂ ਪਈਆਂ ਇਹ ਘੱਟੋ ਘੱਟ ਟੋਪੀਆਂ ਦੇ ਬੰਦ ਕਰਾਈਆਂ ਜਾਣ ਇੱਥੋਂ ਦੀ ਪਰ ਵਿਕ ਰਹੀਆਂ ਨੇ ਕੋਈ ਕੋਈ ਬੋਲਦਾ ਨਹੀਂ ਨਾ ਉਹਨਾਂ ਨੂੰ ਪਤਾ ਵੀ ਇਹ ਬੋਲਦੇ ਨਹੀਂ ਤੇ ਜਦੋਂ ਤੱਕ ਨਹੀਂ ਬੋਲਾਂਗੇ ਤਦ ਤੱਕ ਇਹ ਕੰਮ ਇਦਾਂ ਹੀ ਚੱਲਦਾ ਜਾਣਾ